ਹਾਸੀ ਮਜ਼ਾਕ ਦੇ ਵਿੱਚ ਹੋਈ ਤਕਰਾਰ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਹਾਸੀ ਮਜ਼ਾਕ ਦੇ ਵਿੱਚ ਦੋਵੇਂ ਲੜ ਪਏ ਸੀ, ਪਰ ਇਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਅਲੱਗ ਕਰਕੇ ਸਮਝੌਤਾ ਕਰਵਾਇਆ ਗਿਆ ਸੀ। ਤਾਂ ਅਗਲੇ ਦਿਨ ਹੀ ਮੁੜ ਤੋਂ ਫਿਰ ਇਹ ਹਾਸੀ ਮਜ਼ਾਕ ਦੇ ਦੌਰਾਨ ਲੜੇ ਅਤੇ ਇੱਕ ਵਿਅਕਤੀ ਦੀ ਇਸ ਦੇ ਵਿੱਚ ਜਾਨ ਚਲੀ ਗਈ ਹੈ। ਤਾਂ ਦੱਸ ਦਈਏ ਕਿ ਮਾਮਲਾ ਕੁਛ ਇਸ ਤਰ੍ਹਾਂ ਹੈ ਕਿ ਦੋ ਗੁਆਂਢੀ ਆਪਸ ਦੇ ਵਿੱਚ ਪਹਿਲਾਂ ਤਾਂ ਹਾਸੀ ਮਜ਼ਾਕ ਕਰ ਰਹੇ ਸੀ, ਪਰ ਮਜ਼ਾਕ ਕਰਦੇ ਕਰਦੇ ਕੋਈ ਗੱਲ ਜੋ ਹੈ ਉਸਨੂੰ ਲੈ ਕੇ ਦੋਵੇਂ ਹੀ ਲੜ ਪੈਂਦੇ ਨੇ। ਹਾਲਾਂਕਿ ਪਹਿਲਾਂ ਆਂਢੀਆਂ ਗੁਆਂਢੀਆਂ ਦੇ ਵੱਲੋਂ ਜੋ ਇਹਨਾਂ ਦਾ ਸਮਝੌਤਾ ਕਰਵਾ ਦਿੱਤਾ ਜਾਂਦਾ, ਪਰ ਅਗਲੇ ਦਿਨ ਫਿਰ ਤੋਂ ਇਹ ਆਮੋ ਸਾਹਮਣੇ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਜਿਸ ਦੇ ਵਿੱਚ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਇਸਦੀ ਆਪਣੇ ਗੁਆਂਢ ਦੇ ਵਿੱਚ ਰਹਿੰਦੇ ਬਬਲੂ ਦੇ ਨਾਲ ਮੁੜ ਤੋਂ ਲੜਾਈ ਹੁੰਦੀ ਹੈ। ਹਾਲਾਂਕਿ ਬਬਲੂ ਨੂੰ ਇਹ ਜ਼ਮੀਨ ਦੇ ਉੱਤੇ ਢਾਹ ਲੈਂਦਾ ਹੈ ਅਤੇ ਉਸਦੇ ਉੱਪਰ ਬੈਠ ਜਾਂਦਾ, ਪਰ ਇਹ ਸਭ ਕੁਝ ਦੇਖ ਕੇ ਜਦੋਂ ਬਬਲੂ ਦੀਆਂ ਧੀਆਂ ਸਾਹਮਣੇ ਆਪਣੇ ਪਿਤਾ ਦਾ ਬਚਾਅ ਕਰਨ ਦੇ ਲਈ ਆਉਂਦੀਆਂ ਨੇ, ਤਾਂ ਉਹਨਾਂ ਦੇ ਹੱਥ ਦੇ ਵਿੱਚ ਕੱਪੜੇ ਧੋਣ ਵਾਲੀ ਥਾਪੀ ਹੁੰਦੀ ਹੈ। ਤਾਂ ਜਿਸ ਥਾਪੀ ਦੇ ਨਾਲ ਕੱਪੜੇ ਧੋਏ ਜਾਂਦੇ ਨੇ ਉਸਦੇ ਨਾਲ ਕਈ ਵਾਰ ਸੁਖਵਿੰਦਰ ਦੇ ਸਿਰ ਦੇ ਉੱਤੇ ਕੀਤੇ ਜਾਂਦੇ ਨੇ, ਜਿਸ ਦੇ ਵਿੱਚ ਸੁਖਵਿੰਦਰ ਦੀ ਕਿਹਾ ਜਾ ਰਿਹਾ ਹੈ ਕਿ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਤਾਂ ਦੱਸ ਦਈਏ ਕਿ ਹੁਣ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਪਿਤਾ ਨੂੰ ਬਚਾਉਣ ਦੇ ਲਈ ਆਈਆਂ ਧੀਆਂ ਨੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਹੈ। ਕਿਹਾ ਜਾ ਰਿਹਾ ਕਿ ਥਾਪੀਆਂ ਦੇ ਨਾਲ ਕਈ ਵਾਰ ਉਸ ਵਿਅਕਤੀ ਦੇ ਸਿਰ ਦੇ ਵਿੱਚ ਕੀਤੇ ਗਏ, ਜਿਸ ਕਾਰਨ ਉਸ ਵਿਅਕਤੀ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਸਾ ਮਜ਼ਾਕ ਸੀ ਕਿਸੇ ਗਲੀ ਦੇ ਵਿੱਚ, ਮਲਕੀਤ ਸਿੰਘ ਅਤੇ ਮੁੰਡਾ ਸੁਖਵਿੰਦਰ ਸਿੰਘ ਬਬਲੂ ਇੱਥੇ ਖੜੇ ਸੀ ਅਤੇ ਸਾਂਡ ਲੰਘ ਰਿਹਾ ਸੀਗਾ, ਪਰਸੋਂ ਦੀ ਗੱਲ ਹੈ। ਅਤੇ ਉਹ ਨਾਲ ਲੱਗ ਇੱਥੋਂ ਕਿਰਾਏਦਾਰ ਮੁੰਡਾ ਰਹਿੰਦਾ, ਉਹਨੇ ਉਹ ਕਹਿੰਦਾ ਵੀ ਅੰਕਲ ਗੋਦੀ ਨਾਲ ਲੰਘੋ ਇਹਦੇ ਵੀ ਇਹ ਮਾਰੇਗਾ। ਉਹ ਕਹਿੰਦਾ ਵੀ ਮੈਂ ਕਹਿੰਦਾ ਨਿਛੇੜੀ ਹਾਂ ਵੀ ਯਾਰ ਮੈਨੂੰ ਮਾਰੂਗਾ। ਬਸ ਇਸੇ ਗੱਲ ਦੇ ਉੱਤੇ ਹੀ ਇਹਨਾਂ ਨੇ ਆਉਂਦਾ ਵੀ ਜੇ ਤੂੰ ਨਹੀਂ ਛੇੜੀ ਤਾਂ ਹੀ ਨਹੀਂ ਛੇੜੀ। ਅੱਛਾ ਜੀ, ਬਸ ਇੰਨੀ ਪਰਸੋਂ ਦੀ ਗੱਲ ਹੈ। ਅੱਛਾ ਜੀ, ਅਤੇ ਪਰਸੋਂ ਦੀ ਗੱਲ ਹੈ ਅਤੇ ਅੱਜ ਫਿਰ ਮਤਲਬ ਇਹਨਾਂ ਦਾ ਹਾਸੇ ਮਜ਼ਾਕ ਦੇ ਵਿੱਚ ਇਹ ਆਪਸ ਵਿੱਚ ਹੱਥ ਪਾਈ ਹੋ ਗਈ। ਅੱਛਾ, ਮਤਲਬ ਮਰਡਰ ਅੱਜ ਹੋਇਆ। ਅੱਛਾ ਜੀ, ਕਿਵੇਂ ਹੋਇਆ? ਉਹ ਜਦੋਂ ਇਹ ਦੋਨੋਂ ਜਣੇ ਹੱਥੋਂ ਪਾਈ ਹੋਏ ਨੇ ਉਹ ਥੱਲੇ ਸੀ, ਇਹ ਮੁੰਡਾ ਉੱਪਰ ਸੀ। ਨਹੀਂ, ਹੱਥੋਂ ਪਾਈ ਹੋਣ ਦਾ ਕਾਰਨ ਅੱਜ ਕੀ ਕਾਰਨ? ਅੱਜ ਕੋਈ ਉਹੀ ਉਸੇ ਪਰਸੋਂ ਵਾਲੀ ਮਤਲਬ ਹਾਸੇ ਮਜ਼ਾਕ ਨੂੰ ਅੱਜ ਫਿਰ ਇਹਨਾਂ ਨੇ ਦੁਬਾਰਾ ਛੇੜ ਲਿਆ। ਉਹੀ ਗੱਲ ਛੇੜ ਕੇ ਬਸ ਉਹ ਕਹਿੰਦਾ ਵੀ ਮਤਲਬ ਤੂੰ ਬਹੁਤਾ ਬਦਮਾਸ਼ ਆ, ਮੈਂ ਇਹ ਕਹਿੰਦਾ ਯਾਰ ਜਾ ਚਲਾ ਜਾ ਬਸ ਹਾਸੇ ਮਜ਼ਾਕ ਦੇ ਵਿੱਚ ਹੀ। ਅੱਛਾ ਜੀ, ਅੱਗੇ ਵੀ ਕਰਦੇ ਰਹਿੰਦੇ ਸੀ। ਅੱਛਾ ਜੀ, ਤੇ ਇਹ ਉਹ ਥੱਲੇ ਡਿੱਗ ਪਿਆ ਉੱਪਰ ਸੀ ਜੀ, ਤੇ ਇਹਦੀਆਂ ਲੜਕੀਆਂ ਦੋ ਆ, ਇੱਕ 22 ਸਾਲ ਦੀ ਇੱਕ 20 ਸਾਲ ਦੀ ਆ। ਉਹਨਾਂ ਨੇ ਮਗਰਲੇ ਬੰਨੇ ਆ ਕੇ ਲੱਕੜ ਦੀਆਂ ਜਿਹੜੀਆਂ ਹੁੰਦੀਆਂ ਨੇ ਉਹ ਕੱਪੜੇ ਧੋਣ ਵਾਲੀਆਂ ਥਾਪੀ ਉਹ ਇਹਦੇ ਸਿਰ ਵਿੱਚ ਮਾਰੀਆਂ ਮਗਰਲੇ ਪਾਸੇ। ਅੱਛਾ ਜੀ, ਦੋਨੋਂ ਕੁੜੀਆਂ ਨੇ? ਦੋਨੋਂ ਕੁੜੀਆਂ ਨੇ। ਕੀ ਨਾਮ ਨੇ ਜੀ ਉਹਨਾਂ ਦੇ? ਉਹਨਾਂ ਦੇ ਨਾਮ ਮੈਨੂੰ ਯਾਦ ਨਹੀਂ ਗਏ। ਦੀਪੀ ਅਕਮਣੀ ਹੈ? ਦੀਪੀ ਇੱਕ ਦੀਪੀ ਤਾਂ ਅਕਮਣੀ ਆ। ਅੱਛਾ ਜੀ, ਇਹ ਇਹਦੀ ਗੱਡੀ ਚਲਾਉਂਦਾ ਮੱਖਣ ਸਿੰਘ ਦਾ ਨਾਮ ਮੁੰਡੇ ਦਾ। ਕੁੜੀਆਂ ਦੀ ਕਿੰਨੀ ਉਮਰ ਹੋਊਗੀ? ਉਹਨਾਂ ਦੀ ਇੱਕ ਦੀ 22 ਸਾਲ ਇੱਕ 20 ਸਾਲ ਦੀ। ਅਨਮੈਰਿਡ ਹੀ ਨੇ। ਜਿਹੜਾ ਮਰਡਰ ਹੋਇਆ ਉਹ ਕੰਮ ਕੀ ਕਰਦਾ, ਕੀ ਨਾਮ ਹੈ ਉਹਦਾ? ਨਾਮ ਸੁਖਵਿੰਦਰ ਸਿੰਘ ਬਬਲੂ ਆ ਜੀ। ਉਹ ਟੈਂਪੂ ਚਲਾਉਂਦਾ, ਪਲਾਗੋ। ਠੀਕ ਹੈ, ਮੱਖਣ ਸਿੰਘ ਦਾ ਟੈਂਪੂ। ਮੈਰਿਡ ਆ ਜੀ ਉਹ? ਨਹੀਂ, ਅਨਮੈਰਿਡ ਆ। ਆ ਘਰ ਉਹਦਾ ਇਕੱਲਾ ਇਕੱਲਾ ਹੀ ਰਹਿੰਦਾ ਸੀ? ਉਹ ਇਕੱਲਾ ਰਹਿੰਦਾ, ਨਾਲ ਉਹਦਾ ਭਰਾ ਵਾ। ਕਿੰਨੇ ਕੁ ਟਾਈਮ ਤੁਰੇ ਰਹਿੰਦੇ ਹੋ? ਇਹ ਤਕਰੀਬਨ 30-35 ਸਾਲ ਤੋਂ, ਜਦੋਂ ਦੀ ਇਹ ਜਗ੍ਹਾ ਵਿਕੀ ਆ ਉਦੋਂ ਦਾ ਹੀ ਉਹਦੇ ਪਿਓ ਨੇ ਮਕਾਨ ਲਿਆ ਸੀ। ਅੱਛਾ, ਤੇ ਇਹ ਜਿਹੜੀ ਥਾਪੀ ਮਾਰੀ ਹੈ ਉਹ ਦੋ ਕੁੜੀਆਂ ਨੇ ਮਾਰੀ? ਦੋ ਕੁੜੀਆਂ ਨੇ ਮਾਰੀ, ਉਹ ਤਾਂ ਬਾਪ ਜਿਹੜਾ ਸੀ ਉਹ ਥੱਲੇ ਸੀ, ਇਹ ਮੁੰਡਾ ਉੱਪਰ ਸੀ। ਅੱਛਾ ਜੀ, ਇਹ ਆਪਸ ਵਿੱਚ ਲੜ ਰਹੇ ਸੀ, ਇਹ ਛਡਾਰੇ ਸੀ ਮਲਕੀਤ ਸਿੰਘ ਮੱਖਣ ਸਿੰਘ, ਲਗੋ ਛਡਾਰੇ ਆ। ਅੱਛਾ ਜੀ, ਮੈਂ ਤਾਂ ਪੈਲਸ ਵਿੱਚ ਵਿਆਹ ਵਿੱਚ ਸੀ, ਮੈਨੂੰ ਤਾਂ ਇਹਨਾਂ ਨੇ ਹੁਣ ਜਾਂਦਿਆਂ ਉੱਥੇ ਜਾ ਕੇ ਲਿਆ। ਅੱਛਾ ਜੀ, ਅਸੀਂ ਹੁਣ ਉਹਦੀ ਜਿਹੜੀ ਡੈਡ ਬੋਡੀ ਨੇ ਗਰੇਵਾਲ ਨੇ ਸਾਨੂੰ ਜਵਾਬ ਦਿੱਤਾ ਸੀ। ਮੌਕੇ ਤੇ ਡੈਥ ਹੋ ਗਈ ਸੀ? ਇੱਥੇ ਮੌਕੇ ਤੇ ਅਸੀਂ ਗਰੇਵਾਲ ਦੇ ਖੜਿਆ, ਉਹਨਾਂ ਨੇ ਜਵਾਬ ਦਿੱਤਾ। ਅੱਛਾ ਜੀ, ਸਿਵਲ 'ਚ ਖੜਿਆ ਉਹਨਾਂ ਨੇ ਸਾਰੇ, ਜਦੋਂ ਚੈੱਕ ਕੀਤਾ ਕਹਿੰਦੇ ਨਹੀਂ ਡੈਡ। ਪੁਲਿਸ ਨੇ ਤਲਾਕ ਕਿੰਨੀ ਦੇਰ ਤੋਂ ਬਾਅਦ ਕੀਤੀ? ਉਹ ਉਹਨਾਂ ਨੇ ਤਲਾਕ ਕੀਤੀ ਹੈ ਜੋ ਸਿਵਲ ਵਾਲੇ ਜਾਂ ਤਾਂ ਅਸੀਂ ਫਟਾਫਟ ਹਸਪਤਾਲ ਹੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਤੇ ਕਿੰਨੀ ਉਮਰ ਸੀ ਬੰਦੇ ਦੀ? ਇਹਦੀ ਤਕਰੀਬਨ 38 ਤੋਂ 40 ਦੇ ਵਿਚਕਾਰ ਆ। ਅੱਛਾ ਜੀ, ਤੇ ਪਹਿਲਾਂ ਵੀ ਕਦੀ ਕੋਈ ਏਦਾਂ ਦੀ ਗੱਲ ਹੋਈ, ਲੜਾਈ ਝਗੜੇ? ਨਹੀਂ, ਪਹਿਲਾਂ ਇਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ ਹੁੰਦਾ, ਬਸ ਇਹ ਇਕੱਲਾ ਰਹਿੰਦਾ ਮਕਾਨ ਉਹਦਾ, ਆ ਉਹਦੇ ਨਾਲ ਭਰਾ ਦਾ ਮਕਾਨ ਆ। ਅੱਛਾ ਜੀ, ਤੇ ਭਰਾ ਨੇ ਪਹਿਲਾਂ ਸਾਰੇ ਮਕਾਨ ਦੀ ਆਪਣੇ ਨਾਲ ਰਜਿਸਟਰੀ ਕਰਾ ਲਈ ਸੀ। ਤੇ ਭਰਾ ਮੌਕੇ ਤੇ ਸੀਗਾ ਉਦੋਂ? ਭਰਾ ਮੌਕੇ ਤੇ ਉਹ ਕਹਿੰਦਾ ਵੀ ਮੇਰੇ ਵਾਸਤੇ ਮਰ ਗਿਆ, ਕਿਉਂਕਿ ਉਹਨੇ ਹਿੱਸਾ ਲੈ ਲਿਆ ਨਾ ਆਪਣਾ। ਅੱਛਾ ਜੀ, ਪਹਿਲਾਂ ਇਹਨੇ ਹਿੱਸਾ ਸਾਰੀ ਰਜਿਸਟਰੀ ਇਹਨੇ ਕਰਾ ਲਈ ਸੀ ਭਰਾ ਨੇ ਜੀ, ਹੁਣ ਅਸੀਂ ਮਹੱਲੇ ਵਾਲਿਆਂ ਨੇ ਰਲ ਕੇ ਤੇ ਇਹਨੂੰ ਅਸੀਂ ਇਹਦਾ ਹਿੱਸਾ ਦਵਾਤਾ। ਜਿਨ੍ਹਾਂ ਨੇ ਮਰਡਰ ਕੀਤਾ ਉਹ ਫਰਾਰ ਹੈ ਜੀ, ਭੱਜ ਗਏ ਸੀ ਸਾਰੇ? ਉਹ ਹੁਣ ਪਰਵਾਹੀ ਹੈ ਜੀ, ਹੁਣ ਆ ਰਹੇ ਆ ਹਸਪੀਟਲ ਤੋਂ, ਅਜੇ ਦੇਖਦੇ ਹੁਣ। ਅੱਛਾ ਜੀ, ਵੀ ਇੱਥੇ ਕਿ ਨਹੀਂ, ਬਾਕੀ ਉਹਦੀਆਂ ਭੈਣਾਂ ਦੋ ਨੇ ਵਿਆਹੀਆਂ ਨੇ, ਉਹਨਾਂ ਨੂੰ ਤਲਾਕ ਕਰਤੀ ਆ, ਉਹ ਸਵੇਰੇ ਆਉਣਗੀਆਂ, ਜੋ ਉਹਨਾਂ ਦੀ ਕਾਰਵਾਈ ਕਰਨੀ ਹੋਏਗੀ ਉਸ ਹਿਸਾਬ ਨਾਲ ਅਸੀਂ ਚੱਲਾਂਗੇ। ਉਹ ਵੀ ਗਰੀਬ ਪਰਿਵਾਰ ਆ, ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਉਹਨਾਂ ਨਾਲ ਵੀ ਜਾ ਜਾਓ। ਜਿਹੜਾ ਕਾਰਨ ਸੀ ਉਹ ਮਾਮੂਲੀ ਗੱਲ ਸੀ, ਮਾਮੂਲੀ ਗੱਲ ਸੀ, ਕਤਲ ਤੱਕ ਪਹੁੰਚ ਗਈ, ਕਤਲ ਤੱਕ ਪਹੁੰਚ ਗਈ, ਦੋ ਕਤਲ ਹੋਏ ਨੇ, ਅਜੇ ਇੱਕ ਹੋਰ ਹੋਇਆ ਇੱਧਰ। ਹਾਂਜੀ,